ਇੱਥੇ ਜਿਹੜਾ ਤੁਸੀਂ ਸ਼ੋਕੇਸ ਦੇ ਵਿੱਚ ਚੀਜ਼ਾਂ ਲੱਗੀਆਂ ਹੋਣੀਆਂ ਉਸ ਜਗ੍ਹਾ ਰੇਟ ਕੁਛ ਹੋਰ ਹੋਣਾ, ਲੇਕਿਨ ਕੰਪਿਊਟਰ ਦੇ ਵਿੱਚ ਰੇਟ ਕੁਛ ਹੋਰ ਹੋਣਾ। ਉਹਨਾਂ ਕੋਲੋਂ ਅਸੀਂ ਕਮਿਟਸ ਵੀ ਲੈ ਰਹੇ ਹਾਂ, ਜੋ ਕਮੀ ਬੇਸ਼ੀਆਂ ਸਾਡੇ ਅੰਦਰ ਮੌਜੂਦ ਹੁੰਦੀਆਂ ਹਨ ਅਸੀਂ ਉਹ ਵੀ ਦੂਰ ਕਰਦੇ ਹਾਂ, ਖਾਮੀਆਂ ਦੂਰ ਕਰਦੇ ਹਾਂ। ਆਮ ਜਿਹੜੀਆਂ ਦੁਕਾਨਾਂ ਜਿਨ੍ਹਾਂ 'ਚ ਰੁਕੇ ਲਿਖ ਕੇ ਬੈਠੇ ਉਹਨਾਂ ਵਿੱਚ ਅਤੇ ਸ਼ੋਪਿੰਗ ਮਾਲ ਦੇ ਵਿੱਚ ਕੀ ਫਰਕ ਕੀ ਆ? ਮੈਂ ਗੱਲਾਂ ਕਰਸਾਂ ਖਰੀਆਂ ਸਾਫ ਸੱਚੀਆਂ ਅਤੇ ਸੁੱਚੀਆਂ। ਸਲਾਮ ਅਲੈਕੁਮ ਵੀਰੋ ਪ੍ਰਭ ਭੈਣੋ, ਕੀ ਹਾਲ ਹੈ? ਠੀਕ ਹੋ ਰਾਜੀ ਭਾਜੀ ਕਾਰਪਤ ਸਾਹਿਬ ਖੈਰ ਕਰੀਏ? ਅਤੇ ਪਹਿਲੇ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਹੋਣੀਆਂ ਹੀ ਹਨ ਨਾ, ਅਤੇ ਜਣੇ ਵੀ ਜਿਹੜੇ ਹੋਣੇ ਹਨ ਤੂੰ ਰੁਕਾ ਇੱਕ ਲਿਖਾ ਕੇ ਵਿੰਨੇ ਹੋਣੇ ਹਨ ਦੁਕਾਨਾਂ 'ਤੇ ਦੁਕਾਨਾਂ ਵਾਲੇ ਵਿੰਨ ਕੇ ਰੁਕਾ ਦੇਣੇ ਹੋਣੇ ਹਨ ਅਤੇ ਦੁਕਾਨਾਂ ਵਾਲੇ ਆਪਣੀ ਫਿਰ ਮਰਜ਼ੀ ਨਾਲ ਸਮਾਨ ਕੱਢ ਕੇ ਤੁਸੀਂ ਦੇਣਾ ਹੋਣਾ ਹੈ ਅਤੇ ਤੁਸੀਂ ਘਰ ਰਾਸ਼ਨ ਗਰੋਸਰੀ ਪੂਰੀ ਕਰਨੇ ਹੋਣੇ ਆਏ ਹੋ। ਅਤੇ ਅੱਜ ਕੱਲ੍ਹ ਜਦੀਦ ਦੌਰ ਹੋ ਗਿਆ, ਠੀਕ ਹੈ, ਮਾਸ਼ਾਅੱਲਾ ਸ਼ੋਪਿੰਗ ਮਾਲਸ ਵਗੈਰਾ ਇਤਨੇ ਕੁਝ ਓਪਨ ਹੋ ਚੁੱਕੇ ਨੇ ਸਾਨੂੰ ਆਪਣੇ ਇਲਾਕੇ ਵਿੱਚ, ਟੈਕਸਲਾਬਾਦ ਕੈਂਟ ਹਸਨ ਅਬਦਾਲ ਦੇ ਵਿੱਚ। ਤੁਸੀਂ ਆਉਂਦੇ ਹੋ ਆਪਣੀ ਮਰਜ਼ੀ ਨਾਲ ਰੇਹੜੀ ਕਿੰਨੇ ਹੋ, ਰੇਹੜੀ ਕਿਨ ਕੇ ਜਿਹੜੀ ਚੀਜ਼ ਤੁਸੀਂ ਪਸੰਦ ਆਉਣੀ ਹੈ ਉਸ ਰੇਹੜੀ 'ਚ ਰੱਖਣੇ, ਕਾਊਂਟਰ ਵਿੱਚ ਆਉਂਦੇ ਹੋ ਤਾਂ ਠੱਕ 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 ਗੱਡੇ ਨੋਟਾਂ ਨੇ ਦੇਣੇ ਹੋ, ਅਤੇ ਜਿਹੜੀ ਚੀਜ਼ ਤੁਸੀਂ ਨਹੀਂ ਪਸੰਦ ਹੋਣੀ ਨਾਲ ਕਿਨ ਕੇ ਗੱਡੀ 'ਚ ਰੱਖਣੇ ਹੋ, ਚਲੇ ਵਿੰਨੇ ਹੋ। ਮਾਸ਼ਾਅੱਲਾ ਜੀ ਬਿਨਸੈਫ ਸ਼ੋਪਿੰਗ ਮਾਲ ਨੇ ਉੱਤੇ ਖਲੋਤਾ ਪਿਆ, ਅਤੇ ਅਮਾਯੂ ਬਾਈ ਵੀ ਖਲੋਤੇ ਪੈਣ, ਅਤੇ ਇਹਨਾਂ ਨਾਲ ਪੂਰੀ ਕਾਬੀਨਾ ਟੀਮ ਵੀ ਜਿਹੜੀ ਹੈ ਉਹ ਵੀ ਮੇਰੇ ਨਾਲ ਖਲੋਤੀ ਪਈ ਹੈ। ਜ਼ਰਾ ਅਮਾਯੂ ਬਾਈ ਕੋਲ ਪੁੱਛਣੇ ਪਾਲਨੇ ਆ ਕਿ ਆਮ ਦੁਕਾਨਾਂ ਨੇ ਵਿੱਚ ਕੀ ਫਰਕ ਹੈ ਅਤੇ ਤੁਸਾਂ ਕੋਲ ਕੀ ਫਰਕ ਹੈ? ਹੋਰ ਵੀ ਬਹੁਤ ਸਾਰੇ ਸ਼ੋਪਿੰਗ ਮਾਲ ਹਨ, ਅਤੇ ਬੜੀਆਂ ਸੋਹਣੀਆਂ ਗੱਲਾਂ ਕਰਸਾਂ ਔਰ ਅੰਦਰਲੀਆਂ ਗੱਲਾਂ ਮੈਂ ਕੋਸ਼ਿਸ਼ ਕਰਸਾਂ ਇਹਨਾਂ ਨੇ ਦਿਲ ਵਿੱਚ ਕੋਈ ਡਾਣੇ ਨਹੀਂ, ਪੂਰੀ ਵੀਡੀਓ ਵੇਖਣੀ ਔਰ ਕਮੈਂਟ ਵਿੱਚ ਰਾਏ ਵੀ ਦੇਣੀ ਔਰ ਇਸ ਵੀਡੀਓ ਸ਼ੇਅਰ ਵੀ ਕਰਨਾ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਅਮਾਯੂ ਬਾਈ ਜਿਹੜੀ ਗੱਲਾਂ ਕੀਤੀਆਂ ਸਹੀ ਕੀਤੀਆਂ ਜੀ? ਸਭ ਤੋਂ ਪਹਿਲੇ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ, ਤੁਸੀਂ ਤਸ਼ਰੀਫ ਲਾਇਓ ਔਰ ਸਾਡੇ ਨਾਲ ਗੱਪਸ਼ਪ ਨਾਲ ਤੁਹਾਨੂੰ ਪ੍ਰੋਗਰਾਮ ਬਣਾਇਆ। ਮਿਹਰਬਾਨੀ। ਅੱਛਾ, ਤੋ ਗੱਲਾਂ ਕੀਤੀਆਂ ਬਿਲਕੁਲ ਦਰੁਸਤ ਹੈ ਜੀ, ਅਸੀਂ ਕੋਈ ਦੌਰ ਰਹਾ ਹੀ ਨਹੀਂ ਕਿ ਯਾਰ ਪਹਿਲੇ ਜੋ ਵਕਤ ਗੁਜ਼ਰਿਆ ਉਸ ਹੱਟੀਆਂ ਸਨ, ਛੋਟੀਆਂ ਦੁਕਾਨਾਂ ਬਣੀਆਂ, ਫਿਰ ਛੋਟੇ ਸਟੋਰ ਬਣਨੇ ਸ਼ੁਰੂ ਹੋਏ, ਡਿਪਾਰਟਮੈਂਟਲ ਸਟੋਰ ਬਣਨੇ ਸ਼ੁਰੂ ਹੋਏ, ਫਿਰ ਅੱਜ ਅਲਹਮਦੁਲਿਲਾ ਸਾਡਾ ਮੁਲਕ ਇਸ ਜਗ੍ਹਾ ਪਹੁੰਚ ਗਿਆ ਕਿ ਅੱਜ ਸ਼ਾਪਿੰਗ ਮਾਲ ਬਣ ਗਏ ਔਰ ਵੱਡੇ ਵੱਡੇ ਇੱਥੇ ਮਾਰਟਸ ਬਣਨੇ ਸ਼ੁਰੂ ਹੋ ਗਏ ਔਰ ਸਾਡਾ ਇਹ ਰੋਡ ਵਾਕ ਐਂਡ ਰੋਡ ਬੜਾ ਖੁਸ਼ਕਿਸਮਤ ਹੈ ਜਿੱਥੇ ਇੱਕ ਦੋ ਨਹੀਂ ਦਰਜਨ ਬਾਰੇ ਕਰੀਬ ਅੱਜ ਮਾਰਟ ਮੌਜੂਦ ਹਨ ਔਰ ਅਲਹਮਦੁਲਿਲਾ ਵਾਹ ਨਹੀਂ ਆਵਾਮ ਇਸ ਸਹੂਲਤ ਤੋਂ ਫਾਇਦਾ ਉਠਾ ਰਹੀ ਹੈ। ਬਿਲਕੁਲ, ਕੋਈ ਸ਼ੱਕ ਨਹੀਂ। ਅੱਛਾ ਮਾਯੂ ਬਾਈ, ਮੈਂ ਦੱਸੋ ਕਿ ਆਮ ਜਿਹੜੀਆਂ ਦੁਕਾਨਾਂ ਜਿਨ੍ਹਾਂ 'ਚ ਰੁਕੇ ਲਿਖ ਕੇ ਬੈਠੇ ਉਹਨਾਂ ਵਿੱਚ ਅਤੇ ਸ਼ੋਪਿੰਗ ਮਾਲ ਦੇ ਵਿੱਚ ਕੀ ਫਰਕ ਕੀ ਆਉਣਾ? ਸਰ, ਰੁਕਾ ਚਲਾ ਗਿਆ, ਦੁਕਾਨਦਾਰ ਤੁਹਾਨੂੰ ਆਪਣੀ ਮਰਜ਼ੀ ਨਹੀਂ ਸ਼ੇਅਰ ਕਰਕੇ ਚਾਹ ਦਿੱਤੀ, ਤੁਸੀਂ ਪਾਬੰਦ ਹੋ ਗਏ ਯਾਰ ਉਹ ਚੀਜ਼ ਲੈ ਲਈ। ਮਾਰਟ 'ਚ ਇਹ ਕਿ ਤੁਹਾਨੂੰ ਇੱਕ ਹੀ ਪ੍ਰੋਡਕਟ ਦੀ 10 ਕੁਆਲਿਟੀਆਂ ਅਵੇਲੇਬਲ ਹਨ, ਤੁਸੀਂ ਆਪਣੀ ਜੇਬ ਦੇ ਮੁਤਾਬਿਕ ਇੱਕ ਪ੍ਰੋਡਕਟ ਚੁੱਕ ਲੈਂਦੇ ਹੋ ਔਰ ਉਸਦੇ ਮੁਤਾਬਿਕ ਵੀ ਖਰੀਦਾਰੀ ਕਰਦੇ ਹੋ, ਆਪਣੀ ਜੇਬ 'ਤੇ ਭਾਰੀ ਨਹੀਂ ਪਾਣ ਦਿੰਦੇ ਹੋ, ਕੁਆਲਿਟੀ ਵੀ ਆਪਣੀ ਮਰਜ਼ੀ ਨਹੀਂ ਚੁੱਕਦੇ ਹੋ, ਇਹ ਸਾਰੀ ਚੀਜ਼ਾਂ ਮਿਲਾ ਕੇ ਕਸਟਮਰ ਦੀ ਸੈਟਿਸਫੈਕਸ਼ਨ ਇਜ਼ਾਫਾ ਕਰਦੀਆਂ। ਗੱਲ ਤਾਂ ਸਾਰੀ ਬਿਲਕੁਲ ਠੀਕ ਹੈ, ਲੇਕਿਨ ਕੁਛ ਲੋਕਾਂ ਨੇ ਇਸ ਜਗ੍ਹਾ 'ਚ ਨਾ ਸ਼ੋਪਿੰਗ ਮਾਲ ਨੇ ਉੱਤੇ ਆ ਕੇ ਨਾ ਦਿਮਾਗ ਰੁਕ ਵੀ ਇੰਨਾ ਕਿ ਆਇਆ ਕਿ ਅਸੀਂ ਚੀਜ਼ਾਂ ਚਾਹ ਕੇ ਆਣਨੇ ਆ, ਆਣ ਕੇ ਜਿਸ ਟਾਈਮ ਕਾਊਂਟਰ ਵਿੱਚ ਰੱਖਣੇ ਆ ਅਤੇ ਕਾਊਂਟਰ ਵਾਲਾ ਆਲਰੇਡੀ ਕੰਪਿਊਟਰ 'ਚ ਮਾਰਨਾ ਚੀਜ਼ਾਂ ਨੇ ਸਕੈਨ ਕਰਨਾ ਔਰ ਬਿੱਲ ਸਾਰਾ ਆ ਵੀਨਾ, ਲੇਕਿਨ ਇੱਥੇ ਜਿਹੜਾ ਤੁਸੀਂ ਸ਼ੋਕੇਸ ਦੇ ਵਿੱਚ ਚੀਜ਼ਾਂ ਲੱਗੀਆਂ ਹੋਣੀਆਂ ਉਸ ਜਗ੍ਹਾ ਰੇਟ ਕੁਛ ਹੋਰ ਹੋਣਾ, ਲੇਕਿਨ ਕੰਪਿਊਟਰ ਦੇ ਵਿੱਚ ਰੇਟ ਕੁਛ ਹੋਰ ਹੋਣਾ, ਕਾਰ ਵਿੰਨ ਕੇ ਬਿੱਲ ਚੈੱਕ ਕਰਨੇ, ਇਸ ਦੇ ਮੁਤਾਲਕ ਮੈਂ ਥੋੜ੍ਹਾ ਦੱਸੋ। ਇਸ ਜਗ੍ਹਾ 'ਚ ਆ ਕੇ ਥੋੜ੍ਹੀ ਡੰਡੀ ਨਹੀਂ ਲੱਗ ਵੀਨੀ, ਸ਼ੋਪਿੰਗ ਮਾਲ ਵਾਲੇ ਡੰਡੀ ਨਹੀਂ ਮਾਰ ਵੀਨੇ? ਕਮਰਾਨ ਬਾਈ, ਅਗਰ ਇਸ ਤਰ੍ਹਾਂ ਦਾ ਕੰਮ ਕਿਸੇ ਵੀ ਜਗ੍ਹਾ 'ਤੇ ਹੋ ਰਿਹਾ, ਚਾਹੇ ਕੋਈ ਛੋਟੀ ਦੁਕਾਨ ਹੈ ਜਾਂ ਮਾਰਟ ਹੈ, ਉਹ ਏਰਾ ਫੇਰੀ ਨਹੀਂ ਜ਼ੁਮਰੇ 'ਚ ਆ ਜਾਂਦਾ, ਦੋ ਨੰਬਰ ਹੀ ਉਹ ਕਿ ਯਾਰ ਉੱਥੇ ਰੇਟ ਕੁਝ ਹੋਰ ਲਿਖਿਆ, ਇੱਥੇ ਕੁਝ ਹੋਰ ਦੇ ਰਿਹਾ। ਗਾਹਕਾਂ 100% ਇਖਤਿਆਰ ਹਾਸਲ ਹੈ ਕਿ ਫੌਰੀ ਤੌਰ 'ਤੇ ਵਾਪਸ ਆਏ, ਆ ਕੇ ਚੀਜ਼ ਵੀ ਵਾਪਸ ਕਰੇ ਔਰ ਆਪਣਾ ਇਤਜਾਜ ਵੀ ਰਿਕਾਰਡ ਕਰੇ। ਕੋਈ ਮਾਰਟ ਵਾਲਾ ਵੀ ਅਲਹਮਦੁਲਿਲਾ ਇਸ ਵਕਤ, ਮੈਂ ਇੱਕ ਆਪਣੀ ਗੱਲ ਨਹੀਂ ਕਰ ਰਿਹਾ, ਮੈਂ ਸਾਰਿਆਂ ਦੀ ਗੱਲ ਕਰ ਰਿਹਾ, ਅੱਜ ਕਸਟਮਰ ਪੜ੍ਹਿਆ ਲਿਖਿਆ, ਜਾਹਿਲ ਨਹੀਂ ਹੈ, ਉਹ ਰੇਟ ਪੜ੍ਹ ਕੇ ਜਾਂਦਾ ਹੈ ਔਰ ਉੱਥੇ ਖੜਾ ਹੋ ਕੇ ਝਿੜ ਦੇਖਦਾ ਗੌਰ ਨਾਲ ਕਿ ਉਸੀ ਵਕਤ ਫੈਸਲਾ ਕਰਦਾ ਕਿ ਔਰ ਖੁਦਾ ਨਾ ਖਾਸ ਤੱਕ ਕਾਰ ਪਹੁੰਚ ਗਿਆ, ਕਾਰ ਜਾ ਕੇ ਉਸ ਵੇਖ ਲਈ, ਕਸਟਮਰ ਫੌਰਨ ਵਾਪਸ ਆਉਂਦਾ ਹੈ, ਆ ਕੇ ਫੌਰਨ ਉਹ ਦੱਸਦਾ ਤੁਹਾਨੂੰ ਯਾਰ ਕਿ ਇਹ ਰੇਟ ਤੁਸੀਂ ਇੱਥੇ ਲਿਖ ਕੇ ਲਾਇਆ ਹੋਇਆ ਸੀ ਔਰ ਮੈਨੂੰ ਤੁਸੀਂ ਇਸ ਰੇਟ ਦੀ ਚੀਜ਼ ਦੇ ਰਹੇ ਹੋ ਔਰ ਚੂੰਕਿ ਇਸ ਵਕਤ ਮਾਰਟਸ ਨਾਲ ਕੰਪੀਟੀਸ਼ਨ ਹੈ
ਔਰ ਹਰ ਮਾਰਟ ਨੇ ਪਤਾ ਕਿ ਇੱਕ ਦਫ਼ਾ ਗਾਹਕ ਵਾਪਸ ਚਲਾ ਗਿਆ ਦੁਬਾਰਾ ਨਹੀਂ ਆਏਗਾ ਫਿਰ, ਲਿਹਾਜ਼ਾ ਇਸ ਚੀਜ਼ ਨਾਲ ਅਤੇ ਉਹ ਸਖਤੀ ਨਾਲ ਮਾਰਟ ਦੀ ਇੰਤਜ਼ਾਮੀਆ ਮੈਨੇਜਮੈਂਟ ਇਸ ਚੀਜ਼ ਦਾ ਅਹਿਸਾਸ ਰੱਖਦੀ ਹੈ ਔਰ ਤਮਾਮ ਇੰਪਲਾਈਜ਼ ਹਾਂ ਚਾਹੇ ਆਈ ਟੀ ਸਟਾਫ ਹੈ ਚਾਹੇ ਕੈਸ਼ੀਅਰ ਏਟਲ ਮਸ਼ੀਨ 'ਤੇ ਵੇ, ਉਹਨਾਂ ਸਖਤੀ ਨਾਲ ਗੱਲ ਦੱਸੀ ਜਾਂਦੀ ਹੈ ਕਿ ਬਈ ਰੇਟ ਤੁਹਾਡਾ ਉਹੀ ਹੋਣਾ ਚਾਹੀਦਾ ਹੈ, ਕਾਊਂਟਰ 'ਤੇ ਰੇਟ ਹੈ ਔਰ ਜੋ ਤੁਹਾਡਾ ਪ੍ਰੋਡਕਟ 'ਤੇ ਡਿਸਪਲੇ 'ਤੇ ਰੇਟ ਲੱਗਿਆ ਹੋਇਆ। ਅਤੇ ਸਰ ਇਹ ਅਲਹਮਦੁਲਿਲਾ ਸਾਡਾ ਮਾਰਟ ਹਾਜ਼ਰ ਹੈ, ਤੁਸੀਂ ਕੋਈ ਵੀ ਚੀਜ਼ ਚੁੱਕ ਕੇ ਉੱਥੇ ਰੇਟ ਵੇਖੋ ਡਿਸਪਲੇ 'ਤੇ ਵੀ, ਆ ਕੇ ਕਾਊਂਟਰ 'ਚ ਚੈੱਕ ਕਰੋ। ਵੈਰੀ ਗੁੱਡ, ਬਿਹਤਰੀਨ ਹੋ ਗਿਆ। ਵੈਸੇ ਬਹੁਤ ਸਾਰੇ ਮਾਈਓ ਬਾਈ ਮਾਰਟ ਹੁਣ, ਤੁਸੀਂ ਸਾਰੇ ਮਾਰਟ ਵਿੱਚ ਕਿਹੜੀ ਐਸੀ ਖਾਸ ਗੱਲ ਹੈ, ਲੋਕ ਤੁਸਾਂ ਕੋਲ ਕਿਉਂ ਆਉਣ? ਸਰ ਦੇਖੋ ਹਰ ਮਾਰਟ ਵਾਲੇ ਦੀ ਕੋਸ਼ਿਸ਼ ਇਹੀ ਹੁੰਦੀ ਹੈ ਯਾਰ ਕਿ ਮੇਰੇ ਕੋਲ ਗਾਹਕ ਜ਼ਿਆਦਾ ਜ਼ਿਆਦਾ ਆਵੇ। ਹੁਣ ਗਾਹਕ ਮੈਂ ਦੱਸਿਆ ਕੰਪੀਟੀਸ਼ਨ ਦਾ ਟਾਈਮ ਹੈ, ਕੰਪੀਟੀਸ਼ਨ ਵਿੱਚ ਮੁਕਾਬਲਾ ਕਰਨ ਲਈ ਹਰ ਮਾਰਟ ਲਈ ਕੋਸ਼ਿਸ਼ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਦੇ ਔਰ ਪ੍ਰੋਡਕਟ ਜਿਹੜੀ ਹੈ ਉਹ ਮਿਆਰੀ ਰੱਖੇ। ਜਿਸ ਟਾਈਮ ਕਿਸੇ ਕਸਟਮਰਾਂ ਕਿਸੇ ਵੀ ਮਾਰਟ ਤੋਂ ਮਿਆਰੀ ਪ੍ਰੋਡਕਟ ਔਰ ਕਮ ਕੀਮਤ ਅਵੇਲੇਬਲ ਹੋਏਗੀ, ਉਹ ਆਟੋਮੈਟਿਕਲੀ ਉੱਧਰ ਰੁੱਖ ਕਰੇਗਾ। ਅਤੇ ਅਸਾਂ ਇਹ ਕੋਸ਼ਿਸ਼ ਹੈ, 100% ਕੋਸ਼ਿਸ਼ ਹੈ ਕਿ ਅਸੀਂ ਮੈਕਸੀਮਮ ਡਿਸਕਾਊਂਟ ਦੇ ਰਹੇ ਹਾਂ ਅਲਹਮਦੁਲਿਲਾ, ਔਰ ਕੁਆਲਿਟੀ ਵਾਲੀ ਪ੍ਰੋਡਕਟ ਪ੍ਰੋਵਾਈਡ ਕਰ ਰਹੇ ਹਾਂ ਕਸਟਮਰਾਂ, ਔਰ ਕੋਸ਼ਿਸ਼ ਇਹ ਹੁੰਦੀ ਹੈ ਕਿ ਕਮ ਸੇ ਕਮ ਮਾਰਜਨ ਰੱਖ ਕੇ ਜ਼ਿਆਦਾ ਤੋਂ ਜ਼ਿਆਦਾ ਜੋ ਫਾਇਦਾ ਹੈ ਉਹ ਕਸਟਮਰ ਪਹੁੰਚਾ ਸਕੀਏ। ਅਤੇ ਜੋ ਕਸਟਮਰ ਸਾਡੇ ਕੋਲ ਆ ਰਿਹਾ ਅਲਹਮਦੁਲਿਲਾ ਉਹ ਸੈਟਿਸਫਾਈਡ ਹੋ ਕੇ ਜਾ ਰਿਹਾ, ਔਰ ਉਹਨਾਂ ਨੇ ਨਾ ਸਿਰਫ ਅਸੀਂ ਸੈਟਿਸਫੈਕਸ਼ਨ ਦਾ ਮੱਦੇ ਨਜ਼ਰ ਰੱਖਦੇ ਹਾਂ ਬਲਕਿ ਉਹਨਾਂ ਕੋਲੋਂ ਅਸੀਂ ਕਮੈਂਟਸ ਵੀ ਲੈ ਰਹੇ ਹਾਂ। ਜੋ ਕਮੀ ਬੇਸ਼ੀਆਂ ਸਾਡੇ ਅੰਦਰ ਮੌਜੂਦ ਹੁੰਦੀਆਂ ਹਨ ਅਸੀਂ ਉਹ ਵੀ ਦੂਰ ਕਰਨੇ ਆ, ਖਾਮੀਆਂ ਦੂਰ ਕਰਨੇ ਆ। ਵੈਰੀ ਗੁੱਡ, ਬਿਹਤਰੀਨ ਹੋ ਗਿਆ। ਵੈਸੇ ਜਿਹੜੇ ਲੋਕ ਵੀਡੀਓ ਪੇ ਵੇਖ ਰਹੇ ਹਨ, ਡੈਫੀਨੇਟਲੀ ਲੋਕੇਸ਼ਨ ਨਾ ਥੋੜ੍ਹਾ ਦੱਸ ਹਟੋ ਕਿ ਆਇਆ ਕਿਉਂ ਕਰਦੇ ਤੁਸਾਂ ਕੋਲ ਆਉਣ, ਅਤੇ ਤੁਸਾਂ ਦੀ ਲੋਕੇਸ਼ਨ ਕੀ ਵੀ ਐਗਜੈਕਟ ਪੁਆਇੰਟ ਜ਼ਰਾ ਦੱਸੋ। ਜੋ ਲੋਕ ਵਾਹ ਕਹਿਣ ਨੇ ਰਾਇਸ਼ ਪਜ਼ੀਰ ਹਨ, ਜੀਟੀ ਰੋਡ ਉੱਤੇ ਵਾਕਿਆ ਹੈ ਸਾਡਾ ਬਿਨ ਸੈਫ ਸੁਪਰ ਮਾਰਕੀਟ ਨਾਂ ਤੋਂ, ਔਰ ਇਸ ਦੀ ਐਗਜੈਕਟ ਲੋਕੇਸ਼ਨ ਵਾਹ ਮਾਡਲ ਟਾਊਨ ਫੇਸ 2 ਹੈ। ਵੈਰੀ ਗੁੱਡ, ਤੁਸਾਂ ਨੇ ਸਮਾਰਟ ਵਿੱਚ ਜ਼ਰੂਰੀਅਤ ਜ਼ਿੰਦਗੀ ਨਹੀਂ ਕਿਹੜੀਆਂ ਚੀਜ਼ਾਂ ਕਾਰਟੂਨ ਜਾਂ ਪੂਰੀਆਂ ਨਹੀਂ ਜਾਂ ਸਭ ਕੁਛ ਮੌਜੂਦ ਹੈ? ਸਰ ਜੀ ਅਲਹਮਦੁਲਿਲਾ, ਅਲਹਮਦੁਲਿਲਾ, ਕਿਉਂਕਿ ਇੱਕ ਐਸਾ ਸਮੁੰਦਰ ਹੈ ਕਿ ਜਿਸ ਤਰ੍ਹਾਂ ਫੁਲਫਿਲ ਕਰਨਾ ਸ਼ਾਇਦ ਹੀ ਕਿਸੇ ਸੇ ਮੁਮਕਿਨ ਹੋਏ, ਲੇਕਿਨ ਅਲਹਮਦੁਲਿਲਾ ਸਾਡੇ ਕੋਲ ਤਮਾਮ ਗਰੋਸਰੀ ਨੇ, ਤਮਾਮ ਆਈਟਮ, ਟੋਇਸ, ਕਰੋਕਰੀ, ਗਾਰਮੈਂਟਸ, ਕਾਸਮੈਟਿਕਸ, ਹਰ ਚੀਜ਼ ਅਵੇਲੇਬਲ ਅਲਹਮਦੁਲਿਲਾ, ਔਰ ਤਮਾਮ ਮਿਆਰੀ ਪ੍ਰੋਡਕਟਸ ਅਸਾਂ ਆਪਣੇ ਡਿਸਪਲੇਸ ਲਾਈਆਂ। ਔਰ ਸ਼ਾਪਿੰਗ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇੱਕ ਦਫ਼ਾ ਬਿਨ ਸੈਫ ਨੇ ਉੱਥੇ ਲਾਜ਼ਮੀ ਤੁਸੀਂ ਆਉਣਾ ਔਰ ਸ਼ਾਪਿੰਗ ਕਰਨੀ, ਔਰ ਇਨਸ਼ਾਅੱਲਾ ਚੀਜ਼ਾਂ ਤੁਸੀਂ ਅੱਛੀਆਂ ਮਿਲ ਸਨ। ਅਗਰ ਕੋਈ ਚੀਜ਼ਾਂ ਤੁਸੀਂ ਬੁਰੀਆਂ ਮਿਲੀਆਂ ਤਾਂ ਤਮੀ ਕਮਿਟ ਨੇ ਵਿੱਚ ਤੁਸੀਂ ਲਾਜ਼ਮੀ ਦੱਸਣਾ। ਮਿਲਣਾ ਨੈਕਸਟ ਵੀਡੀਓ 'ਚ, ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਫੀ ਅਮਾਨੁੱਲਾ, ਪਾਕਿਸਤਾਨ ਜ਼ਿੰਦਾਬਾਦ ਜੀ। ਅੱਜ ਆ ਕੇ ਸਾਰੇ ਪਾਕਿਸਤਾਨ ਜ਼ਿੰਦਾਬਾਦ।